ਉਹ ਆਪਦਾ ਪਹਾੜਾ ਲੈ ਲੈਂਦੇ ਹਨ, ਪੀ ਲੈਂਦੇ ਹਨ ਜ਼ਮੀਨਦਾਰ। ਬਸ ਕੀਤੀ ਏ ਤਾਂ ਬਾਬਾ ਜੀ। ਹੁਣ ਤੁਸੀਂ ਆਪਣੀ ਕੀ ਕਾਸ਼ਤ ਕਰਦੇ ਹੋ, ਕਿਹੜੀ ਕੋਈ ਸਬਜ਼ੀ ਵਗੈਰਾ, ਕੋਈ ਕਿਹੜੀ ਫਸਲ ਕਾਸ਼ਤ ਕਰਦੇ ਹੋ ਜ਼ਿਆਦਾਤਰ? ਅਸੀਂ ਕਹਿਣਾ ਤਾਂ ਮਕਾਈ। ਮਕਾਈ ਪੱਠਾ ਪਾਉਣਾ ਸਰ ਡੰਗਰਾਂ ਲਈ ਸਬਜ਼ੀ ਉਹ ਕੁਛ ਕੋਈ ਨਹੀਂ ਕਰਦੇ। ਅੱਛਾ ਅੱਛਾ, ਮੈਂ ਜਾਨਵਰਾਂ ਨੂੰ ਕਿਹੜੇ ਪੱਠੇ ਪਾਉਂਦੇ ਹੋ, ਕਮਾਦ ਵਗੈਰਾ? ਕਮਾਦ ਵੀ ਪਾਉਂਦੇ ਹੋ, ਝਰੀ ਪਾਉਂਦੇ ਹੋ, ਮਕਾਈ ਪਾਉਂਦੇ ਹੋ, ਬਾਜਰਾ ਵੀ ਪਾਉਂਦੇ ਹੋ। ਸਹੀ ਹੈ। ਅਤੇ ਕਿੰਨੇ ਬੱਚੇ ਜੇ ਆਪਣੇ? ਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਜੀ? ਠੀਕ ਹੋ? ਤੇ ਸਭ ਖੈਰੀਅਤ ਹੈ ਜੀ, ਸ਼ੁਕਰ ਅਲਹਮਦੁਲਿਲਾਹ। ਇਹ ਕੀ ਕਰਦੇ ਹੋ? ਇਹ ਮਕਈ ਛਿੱਲੇ ਕਰ ਰਹੇ ਹਾਂ। ਅੱਛਾ, ਇਹ ਹੱਥ ਨਾਲ ਹੀ ਸਿਲਾਈ ਹੁੰਦੀ ਹੈ ਜੀ? ਜੀ ਜੀ। ਇੱਕ
ਇੱਕ ਬੂਟੇ ਦੇ ਨਾਲ ਮਸਲਾਂ ਨੂੰ ਕਿੰਨੀਆਂ ਕੁ ਛੱਲੀਆਂ ਲੱਗ ਜਾਂਦੀਆਂ? ਤਕਰੀਬਨ ਦੋ, ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤਾਂ 100 ਦੇ ਵਿੱਚੋਂ ਤਕਰੀਬਨ 80% ਦੇ ਕਿੱਸੇ ਦੇ ਵਿੱਚ 20% ਦੀ ਦੋ ਛੱਲੀਆਂ ਹੋ ਸਕਦੀਆਂ, ਲੇਕਿਨ ਇੱਕ ਤਾਂ ਹੁੰਦੀ ਹੈ। ਸੌ ਦੇ ਵਿੱਚ 80% ਦੋ ਨੇ ਜੀ ਜੀ, 20% ਇੱਕ ਲਾਜ਼ਮੀ ਹੁੰਦੀ ਯਾਰ ਬੂਟੇ ਨੂੰ ਜੀ ਜੀ, ਇੱਕ ਤਾਂ ਇਹ ਦੋ ਤੋਂ ਜ਼ਿਆਦਾ ਨਹੀਂ ਹੋ ਸਕਦਾ। ਨਹੀਂ ਜੀ ਨਹੀਂ, ਕਿਉਂਕਿ ਐਸਾ ਬੀ ਨਹੀਂ ਚੱਲਿਆ ਜਿਹਦੇ 'ਚ ਨਾ ਕਿ ਦੋ ਹੋ ਸਕਣ, ਮਤਲਬ ਤਿੰਨ ਨਹੀਂ ਹੋ ਸਕਦੇ। ਨਹੀਂ ਤਿੰਨ ਲੱਗਦਾ ਨਹੀਂ, ਅਸੀਂ ਦੇਖਦੇ ਦੋ ਵੀ ਨਾ ਬਹੁਤ ਮੁਸ਼ਕਲ ਹੈ ਕਿਸੇ 'ਚ ਦੇਖੀ ਦੀਆਂ। ਅੱਛਾ ਜੀ, ਮਤਲਬ ਇਹ ਲਾ ਕੇ ਅਤੇ ਇਸ ਤੋਂ ਬਾਅਦ ਜਿਹੜਾ ਕੀ ਅਮਲ ਕੀ ਕਰਦੇ ਹੋ? ਕਹਿੰਦੀ ਜੀ ਸਕਾਈ ਕਰਵਾਉਣੇ ਮੱਕ ਛੱਲੀਆਂ ਦੀ। ਅੱਛਾ, ਪੱਠੇ ਲੈ ਜਾਈਦੇ ਨੇ, ਡੰਗਣਾ ਨੂੰ ਪਾਈ ਦੇ। ਅੱਛਾ, ਅਤੇ ਇਹ ਜਿਹੜੀਆਂ ਛੱਲੀਆਂ ਨਾ ਸਕਾਈ ਕਰਾਈ ਦੀ, ਸਕਾਈ ਤੋਂ ਬਾਅਦ ਫਿਰ ਤਕਰੀਬਨ ਮਸ਼ੀਨ ਨਾਲ ਅਤੇ ਦਾਣੇ ਲੈਦਾ ਕਰ ਲੈਂਦੇ ਜੀ, ਦਾਣੇ ਲੈਦਾ ਹੋ ਜਾਂਦੇ, ਸੁੱਕੇ ਲੈਦਾ ਹੋ ਜਾਂਦੇ, ਸੁੱਕੇ ਲੈਦਾ ਹੋ ਜਾਂਦੇ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਮੰਡੀ 'ਚ? ਜੀ ਜੀ ਮੰਡੀ, ਉਸ ਤੋਂ ਬਾਅਦ ਕਿਹੜੀ ਮੰਡੀ ਜਾਂਦੇ? ਮੰਡੀ ਉਕਾੜਾ ਜੀ, ਉਕਾੜਾ ਮੰਡੀ ਜੀ ਜੀ, ਉਕਾੜਾ ਮੰਡੀ। ਤੁਹਾਡਾ ਇੱਥੋਂ ਉਕਾੜੇ ਤੋਂ ਕਿੰਨਾ ਸਫ਼ਰ ਹੈ? ਤਕਰੀਬਨ 5-6 ਕਿਲੋਮੀਟਰ। ਤੁਸੀਂ ਕਾੜੇ ਤੋਂ ਕਿਹੜੀ ਸਾਈਡ 'ਤੇ ਹੋ? ਕਾੜੇ ਤੋਂ ਲਾਹੌਰ ਵਾਲੀ ਸਾਈਡ, ਲਾਹੌਰ ਵਾਲੀ ਸਾਈਡ 'ਤੇ।